छड़ी धुप गई अपनी वेखो लाइटा चेक करो तो हूं थोड़ा एक होर लाइट बाल के खाना वा चीज चेक करो हूँ बदलो है चीज चेक करो लाइटा मेरी बड़ी लाइन तो हूँ अस इधर जाने हेलो जी वेलकम बैक टू अनदर व्लॉग की हाल चाल है ठीक हो और की हो चल रहा है मैं रोड से बह रहा अब अपना मैरू धुपेगा बहुत देर बाद तकरीबन दो हफ्ते बाद पहली बार इन्हें वाश करवाना है तो मैं बैटरी शैटरी चार्ज करवाई थी तो वाश करवाना नहीं वाश करवा रहा तो बैटरी शैटरी मैं चार्ज करवा ली सी नवी गड्डी कंदी भैड़ी लगती है ठीक है अस गल हूं धुप्पे की लाशा पाशा हो जाएगा तो कल का मैच यार बहुत गुस्सा चढ़ता पा मैं सारी रात ग्यारह बारह तक मैच ही कहते रहे नींद भी खराब की कुड़ी हो फिर हार गए तो बहुत ही गुस्सा चढ़ता पा मैं ना मोटरसाइकिल तो आना मैं वाशरूम जाना है मैं अगर आराम ना मोटरसाइकिल धोवगा पेट्रोल शोल टैंकी फुल करावगा तो वाशरूम जावगा चल भाई दिल कितने नाल ही परली छड़ते गोरमें कुछ खा पी लाँगे भुख तो बड़ी जी लगी है लेकिन हम पहले मैं तू अपना धुपेगा फिर कपड़े धोंदा ना माया पता नहीं कंज लाता ना माया नहीं लाता कपड़े को इन्ना आप जाना कभी कभी तो इन कंधे भाने लगता पवा चुभदा हूँ गड्डी धोइए तो निकली जाए लो जी चलो फिर बज गए हम पानी बजना है चलिए अस मैं वैसे जेडे रस्ते तो आया ना उधर ना साढ़े ना मोड़ देना ए नाल ही ना बिलकुल जिन्ना चे मेरी दुकान तक बड़ा कोई गंदा रस्ता आ गया कोई सफाई करा नहीं आता जेड़ा अफसर आंदा है एंजी जी करवा देंगे चल जाते हैं तो बहुत ही गंद बंदा इतने तो आकर निकले ना जाते जाते हम जी मोटरसाइकिल सारा गंदा हो जाता है तो इस गलो मैं जाना दूसरा रस्ता अपनावगा ना पानी शानी बजता पे मोनीटर वाशरूम होव भाज के आराम ना निकलने अरे उन्हें टक शक मारने पाँच दस मिनट लग जाने मैं वाशरूम होकर आ गया कुछ मोटरसाइकिल अपनी धुप गई है वेखो लाशा पाशा हो गई है रात में मजूम करना फिर पिछल पाड़ जाना आईफोन का नेरा पे ना मोटरसाइकिल अपनी धुप गई है मोटरसाइकिल टक शक मारिए तो निकली हूँ अल्लाह का नाम लैके गड्डी छड़ी धुप गई अपनी है वेखो लाइटा चेक करो तो हूँ थोड़ा एक होर लाइट बाल के खाना वा चीज चेक करो हूँ बदलो है चीज चेक करो लाइटा मेरी बड़ी लाइन तो हूँ अस इधर जाने
ਚਲੋ ਭਾਈ ਉੱਠ ਪਏ ਆ ਸਵੇਰ ਦਾ ਟਾਈਮ ਹੈ ਗੁੱਡ ਮਾਰਨਿੰਗ ਸਾਰੇ ਭੈਣ ਭਰਾਵਾਂ ਨੂੰ ਕੱਲ੍ਹ ਮੋਟਰਸਾਈਕਲ ਧੁਆ ਕੇ ਦੁਕਾਨ 'ਤੇ ਚਲੇ ਗਏ ਹੈ ਅਤੇ ਰਸ਼ ਸੀ ਅਤੇ ਟਾਈਮ ਨਹੀਂ ਸੀ ਮਿਲਿਆ ਅਤੇ ਮੈਂ ਵਲੋਗ ਉਸ ਤੋਂ ਬਾਅਦ ਬਣਾਇਆ ਨਹੀਂ ਅਤੇ ਹੁਣ ਉੱਠੇ ਹਾਂ ਨਹਾ ਨੂਹ ਲੱਗੇ ਹਾਂ ਫਰੈਸ਼ ਹੁੰਦੇ ਹਾਂ ਖਾ ਨਾਸ਼ਤਾ ਹਜੇ ਤਾਂ ਕਰਨਾ ਦੁਕਾਨ 'ਤੇ ਚੱਲਦਾ ਖੁਆਦਾ ਘੱਟਾ ਹੋ ਗਿਆ ਬੈਠਾ ਮੈਂ ਟਿਕਟੋਕ ਚਲਾਉਣ ਦਿਆਂ ਸੀ ਉਦੋਂ ਤਾਂ ਬੈਠਾ ਮੈਂ ਵਿਹਲਾ ਬੈਠਾ ਸਵੇਰੇ ਸਵੇਰੇ ਨੇਕੀ ਦਾ ਕੰਮ ਕਰ ਲਈ ਅਤੇ ਹੁਣ ਉੱਠ ਕੇ ਨਹਾਉਂਦੇ ਹਾਂ ਧੋਨੇ ਹਾਂ ਕੱਪੜੇ ਪਾਉਂਦੇ ਹਾਂ ਦੁਕਾਨ 'ਤੇ ਲਓ ਜੀ ਨਹਾ ਸ਼ਾ ਕਦੇ ਦੁਕਾਨ ਤੋਂ ਆ ਗਏ ਹਾਂ ਘਰੋਂ ਆ ਗਏ ਹਾਂ ਦੁਕਾਨ 'ਤੇ ਸੋਰੀ ਅਤੇ 3 ਵਜੇ ਦੀ ਗਈ ਜੇ ਜੂੰ ਲਾਈਟ ਘੱਟ ਦਵਾਂ ਹੁੰਦੇ ਸੀ ਦੁਕਾਨ 'ਤੇ ਅਤੇ ਯਾਰ ਲਾਈਟ ਡੀਕਣੇ ਪਏ ਆ ਇੰਨੀ ਕੋਈ ਗਰਮੀ ਤੁਹਾਡੀ ਸੋਚ ਨਹੀਂ ਹੋਣੀ ਹੈ ਸੋਰੀ ਮਾਰਗਰੇਟ ਸਿਰਫ ਸਾਡੇ ਦੀ ਲਾਈਟ ਗਈ ਹੈ ਅਤੇ ਮੈਂ ਨੀਚੇ ਆਰਾਮ ਨਾਲ ਬਹਿ ਰਿਹਾ ਵਾਂ ਅਤੇ ਉੱਥੇ ਮੈਂ ਲਾ ਕੇ ਨਾ ਪਾਵਰ ਬੈਂਕ 2 ਲਾਈਟਾਂ ਚਲਾਈਆਂ ਮੈਂ ਅਤੇ UPS ਤੋਂ ਮਾੜਾ ਮਾੜਾ ਵੇਖੋ ਪੱਖਾ ਚੱਲਦਾ ਪਿਆ ਅਤੇ ਇੰਨੀ ਕੁ ਹਵਾ ਮਿਲਦੀ ਪਈ ਅਸੀਂ ਸਿਰਫ ਟਾਕੀ ਚੱਲਦੀ ਪਈ ਅਤੇ ਯਾਰ ਬਹੁਤ ਜ਼ਿਆਦਾ ਗਰਮੀ ਹੈ ਪਤਾ ਨਹੀਂ ਕੀ ਕਰਨਾ ਜਦੋਂ ਦੀ ਹਕੂਮਤ ਆਈ ਹੈ ਨਾ ਖੁਦਾ ਦੀ ਕਸਮੇ ਜ਼ਲੀਲ ਕਰਕੇ ਰੱਖ ਦਿੱਤਾ ਅੱਜ ਤਾਂ ਇੰਨਾ ਕੋਈ ਗੁੱਸਾ ਚੜ੍ਹਦਾ ਪਿਆ ਦਿਲ ਕਰਦਾ ਸਾਹਮਣੇ ਹੁੰਦਾ ਨਾ ਫੜਦਾ ਚਪੇੜਾਂ ਮਾਰਦੀਆਂ ਇਹਨਾਂ ਨੂੰ ਮੈਂ ਕੁੜੀ ਹੋਵੇ ਇਹਨਾਂ ਨੂੰ ਇੰਨੀ ਗਰਮੀ ਦੇ ਉੱਤੇ ਉੱਤੇ ਜਿੱਦਾਂ ਥੋੜ੍ਹਾ ਕੰਮ ਤੇਜ਼ ਹੁੰਦਾ ਉੱਤੋਂ ਲਾਈਟ ਨਹੀਂ ਭੇਜਦੇ ਕੋਈ ਕਸਟਮਰ ਆ ਕੇ ਨਾ ਵੜੇ ਅਤੇ ਜਿੱਦਣ ਕਸਟਮਰ ਨਹੀਂ ਹੁੰਦਾ ਉੱਦਣ ਫਿਰ ਲਾਈਟ ਲੈ ਕੇ ਨਹੀਂ ਜਾਂਦੇ ਜਿੱਦਣ ਅਸੀਂ ਘਰ ਜਾ ਕੇ ਨਾ ਸੋ ਜਾਈਏ ਆ ਜੀ ਸਾਡੇ ਹੀ ਸਮਝੋ ਬਾਹਰ ਜੇ ਕੰਮ ਅੱਲਾ ਜੀ ਇਹਨਾਂ ਨੂੰ ਬਖਸ਼ੇ ਦੱਸ ਦੇ ਅਜੇ ਤਾਂ ਚਲੋ ਫਿਰ ਵੀ UPS ਲਾ ਕੇ ਗੁਜ਼ਾਰਾ ਕਰ ਲੈਂਦੇ ਜਿਹੜੇ ਮਤਲਬ ਮਾਫ ਕਰੋ ਜੇ ਸਾਈਡ ਤੋਂ ਸਲਾਬ ਆਇਆ ਪਤਾ ਨਹੀਂ ਕਿੰਝ ਕੱਢਦੇ ਹੋਏ ਦਿਹਾੜੀਆਂ ਅਤੇ ਨਾਲੇ ਮੈਂ ਅਸੀਂ ਬਣਾਇਆ ਸੀ ਸਲਾਬ 'ਤੇ ਵਲੋਗ ਉਹ ਵੀ ਇਨਸ਼ਾਅੱਲਾ ਕੱਲ੍ਹ ਆਪਸ ਨੂੰ ਚਾੜਾਂਗੇ ਅਸੀਂ ਮੋੜ ਅਮਨਾਬਾਦ 'ਚ ਰਹਿੰਦੇ ਹਾਂ ਰਹਿਣ ਵਾਲੇ ਹਾਂ ਨਾ ਠੀਕ ਹੈ ਅਤੇ ਉੱਥੇ ਅਲਹਮਦੁਲਿਲਾ 1.5 ਕਰੋੜ ਰੁਪਇਆ ਕਰੋੜ ਜਾਂ 1.5 ਕਰੋੜ ਰੁਪਇਆ ਇਕੱਠਾ ਹੋਇਆ ਸੀ ਅਤੇ ਸਾਡੇ ਜਿਹੜੇ ਜਿੰਨੇ ਵੀ ਸਨ ਵੱਡੇ ਵੱਡੇ ਭਾਈ ਗਏ ਸਨ ਸਾਰੇ ਤਾਮਨ ਕਰਕੇ ਆਏ ਨੇ ਦੇ ਦਿਓ ਪੈਸੇ ਵੀ ਦੇ ਕੇ ਆਏ ਨੇ ਰਾਸ਼ਨ ਵੀ ਦੇ ਕੇ ਆਏ ਨੇ ਠੀਕ ਹੈ ਅਤੇ ਇਨਸ਼ਾਅੱਲਾ ਤੁਹਾਨੂੰ ਉਹ ਵੀ ਨੈਕਸਟ ਵਲੋਗ 'ਚ ਦੱਸਿਆ ਜਾਏਗਾ ਆਪ ਤਾਂ ਅਸੀਂ ਜਾ ਨਹੀਂ ਸਕੇ ਚਲੋ ਵੱਡਿਆਂ ਹੋ ਆਏ ਨੇ ਅੱਲਾ ਪਾਕ ਨੇ ਜਿੰਨਾ ਮੁਕਦਰਾਂ 'ਚ ਲਿਖਿਆ ਜਦ ਮਦਦ ਕਰਨੀ ਸੀ ਅਸੀਂ ਕਰ ਦਿੱਤੀ ਦੇ ਵੱਡੇ ਹੋ ਆਏ ਸਮਝਾ ਕੇ ਅਤੇ ਵੱਲ UPS ਵੀ ਬੰਦ ਹੋ ਗਿਆ ਜੀ ਉਹ ਪਿਆ ਜੀ UPS ਹੁਣ ਜਿਹੜੀ ਥੋੜ੍ਹੀ ਜਿਹੀ ਹਵਾ ਆਉਂਦੀ ਸੀ ਬੰਦ ਹੋਇਆ ਜਿਹੜੀ ਥੋੜ੍ਹੀ ਜਿਹੀ ਹਵਾ ਆਉਂਦੀ ਸੀ ਉਹ ਹੀ ਗਈ ਜੀ ਮੈਂ ਕਿਹਾ ਚੱਲ ਮੋਬਾਈਲ ਚਾਰਜ ਕਰ ਲਵਾਂਗਾ 10% ਬੈਟਰੀ ਹੈ ਉਹਨੂੰ ਭਾਜੀ ਅੱਲਾ ਦੇ ਵਾਲੇ ਅੱਲਾ ਹੀ ਭਾਜੀ ਇਹਨਾਂ ਨੂੰ ਬਖਸ਼ੇ ਸਾਡੀ ਸਮਝੋ ਬਾਅਦ 'ਚ ਮੈਂ ਤਾਂ ਨਾਲੇ ਹੁਣ ਚੱਲਣਾ ਖਿਆਰੀ ਜੋ ਜਿਹੜੀਆਂ ਉਦਣ ਪਲੇਟਾਂ ਦੇ ਕੇ ਆਇਆ ਸਰ ਅਤੇ ਉਹ ਚਾਚੂ ਨੇ ਕਾਲ ਕੀਤੀ ਹੈ ਲੈ ਕੇ ਵੀ ਜਾਣੀ ਹੈ ਅਤੇ ਹੁਣ ਮੈਂ ਪਲੇਟਾਂ ਲੈ ਕੇ ਆਉਂਦਾ ਵਾਂ ਅਤੇ ਮੈਂ ਕਜ਼ਨ ਨੂੰ ਕਾਲ ਕੀਤੀ ਹੈ ਕਜ਼ਨ ਆਉਂਦਾ ਚੱਲਦੇ ਹਾਂ ਨਾਲੇ ਕੁਛ ਖਾਣ ਪੀਣ ਵਾਸਤੇ ਵਾਪਸੀ ਤਾਂ ਪਕੜ ਲਿਆਵਾਂਗੇ ਠੀਕ ਹੈ ਅਤੇ ਹੁਣ ਗਰਮੀ 'ਚ ਗੁਜ਼ਾਰਾ ਕਰਨਾ ਪੈਣਾ ਵੇਖੋ ਪੱਖਾ ਬਿਲਕੁਲ ਬੰਦ ਮੈਂ ਵੇਖੋ ਭੈਣ ਲਾਈਟਾਂ ਚਲਾ ਕੇ ਪਾਵਰ ਬੈਂਕ ਲਾ ਕੇ ਲਾਈਟਾਂ ਚਲਾਈਆਂ ਹੋਈਆਂ ਤਾਂ ਥੋੜ੍ਹੀ ਜਿਹੀ ਦੁਕਾਨ 'ਤੇ ਰੋਸ਼ਨੀ ਆ ਤਾਂ ਚਾਹ ਥੋੜ੍ਹੀ ਨਹੀਂ ਚੰਗੀ ਚੌਖੀ ਰੋਸ਼ਨੀ ਆ ਅਤੇ ਲਾਈਟਾਂ ਅੱਜ ਹੀ ਮੰਗਾਈਆਂ ਅਤੇ ਵੇਖੋ ਕੰਮ ਆ ਗਈਆਂ ਸਾਰਾ ਸਟਾਕ ਅੱਜ ਹੀ ਆਇਆ ਲਾਈਟਾਂ ਉਹ ਸਟੈਂਡ ਅਤੇ ਘੜੀ ਦੇ ਪੱਟੇ ਇੱਥੇ ਪਏ ਨੇ ਘੜੀ ਦੇ ਪੱਟੇ ਕਰੇ ਘੜੀ ਦਾ ਗਲਾਸ ਘੜੀਆਂ ਦਾ ਅਤੇ ਉਹ ਘੜੀਆਂ 'ਤੇ ਆਇਆ ਪੰਜਾਂ ਜਿਹੜੀਆਂ ਉੱਦਣ ਆਈਆਂ ਸਨ ਸਾਰਾ ਕੁਛ ਅਲਹਮਦੁਲਿਲਾ ਉਹ ਹੁਣ ਮੈਨੇ ਗਰਮੀ ਦੇ ਵਿੱਚ ਅੱਲਾ ਮਾਫ ਕਰੇ ਯਕੀਨ ਮੰਨੋ ਬਹੁਤ ਹੀ ਜ਼ਿਆਦਾ ਕਸਮ ਵਾਲੀ ਗੱਲ ਜੇ ਗਰਮੀ ਇੱਕ ਮਿੰਟ ਨਹੀਂ ਗਰਮੀ ਬਰਦਾਸ਼ਤ ਹੁੰਦੀ ਅਤੇ ਵਲੋਗ ਬਣਾਉਂਦੇ ਦਿਲ ਨਹੀਂ ਕਰਦਾ ਪਿਆ ਪੰਜੀ ਸਾਹ ਨਹੀਂ ਬੰਦ ਹੋ ਗਿਆ ਮੈਂ ਇੱਥੇ ਵਲੋਗ ਨੂੰ ਅਟੈਂਡ ਕਰਨ ਲੱਗਾ ਮੇਰੀ ਤਾਂ ਪਸੰਦ ਆਇਆ ਹੈਗਾ ਪਸੰਦ ਆ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰ ਦਿਆ ਜੇ ਮੈਨੂੰ ਪਤਾ ਹੈ ਵਲੋਗ ਛੋਟਾ ਹੈਗਾ ਅਤੇ ਸਿੰਪਲ ਹੋਏਗਾ ਯਾਰ ਹੁਣ ਗਰਮੀ ਵੀ ਹੁੰਦੀ ਹੈ ਥੋੜ੍ਹਾ ਬਹੁਤਾ ਉੱਤੇ ਥੱਲੇ ਕਰਕੇ ਕਰ ਲਿਆ ਕਰੋ ਐਡਜਸਟ ਇਨਸ਼ਾਅੱਲਾ ਜਲਦੀ ਅੱਛੇ ਵਲੋਗ ਵੀ ਆਨ ਕਰਨ ਦੇ ਚਾਚੂਰੀ ਆਉਂਦੇ ਨੇ ਜੈਨ ਜੀ ਦੁਕਾਨ 'ਤੇ ਬਾਹਰੋਂ ਤਾਂ ਆ ਹੀ ਗਏ ਨੇ 1-2 ਤਰੀਕ ਤੋਂ ਬਾਅਦ ਦੁਕਾਨ 'ਤੇ ਵੀ ਆ ਜਾਣਾ ਜੈਨ ਜੀ ਆਉਂਦੇ ਦੁਕਾਨ 'ਤੇ ਅਤੇ ਇਨਸ਼ਾਅੱਲਾ ਵਲੋਗ ਅੱਛੇ ਵੀ ਆਨ ਕਰਨ ਦੇ ਫਿਰ ਕੋਮੈਂਟਰ ਨੂੰ ਜਾਣਾ ਕਰਾਂਗੇ ਅਗਲੇ ਹਫ਼ਤੇ ਜੁੰਮੇ ਦਾ ਦਿਨ ਬਣਦਾ ਪਿਆ ਇਸਲਾਮਾਬਾਦ ਦਾ ਟੂਰ ਇਨਸ਼ਾਅੱਲਾ ਉੱਥੇ ਜਾਵਾਂਗੇ TRK ਤਾਰ ਖਾਨ ਰੈਸਟੋਰੈਂਟ 'ਤੇ ਜਾਣਾ ਅਤੇ ਨਾਲੇ ਉੱਥੇ ਫਿਰਾਂ ਟੁਰਾਂਗੇ ਸਾਰਾ ਦਿਨ ਅਤੇ ਸ਼ਾਮ ਨੂੰ ਵਾਪਸ ਜੁੰਮੇ ਰਾਤ ਦੀ ਰਾਤ ਜਾਵਾਂਗੇ ਅਤੇ ਜੁੰਮੇ ਦੀ ਸ਼ਾਮ ਨੂੰ ਵਾਪਸ ਆਵਾਂਗੇ ਸਾਰੀ ਦਿਹਾੜੀ ਫਿਰਾਂ ਟੁਰਾਂਗੇ ਅਤੇ ਠੀਕ ਹੈ ਅਤੇ ਆਪਣਾ ਖਿਆਲ ਰੱਖਿਆ ਜੀ ਮਿਲਦੇ ਹਾਂ ਇਨਸ਼ਾਅੱਲਾ ਤੁਹਾਨੂੰ ਨੈਕਸਟ ਵਲੌਗ 'ਚ ਅੱਲਾ ਹਾਫਿਜ਼ ਲਾਈਕ ਸਬਸਕ੍ਰਾਈਬ ਕਰ ਦਿਓ ਜੇ ਭੁੱਲਿਆ ਜੀ ਨਾ ਅੱਲਾ ਹਾਫਿਜ਼